ਜਾਂਦੇ ਇਹ ਲੋਕ ਇਹੋ ਜਿਹੇ ਲੋਕ ਇਹ ਬਿਊਟੀ ਤੁਹਾਨੂੰ ਲੁਧਿਆਣੇ 'ਚ ਪਾਈ ਜਾਂਦੀ ਹੈ ਮੇਰੇ ਸਾਰੇ ਫੈਨਸ ਲੁਧਿਆਣੇ ਦੀ ਹੈ ਅਤੇ ਫਿਰ ਐਵੇਂ ਥੋੜ੍ਹਾ ਨਾਲ ਲੁਧਿਆਣਾ ਮੰਨਿਆ ਜਾਂਦਾ ਹੈ ਹਰ ਕਿਤੇ ਲੱਗ ਰਿਹਾ ਵੀ ਇਹੀ ਚੱਲਦਾ ਰਹੇ ਸਕਰੀਨ 'ਤੇ ਮੈਂ ਆਉਂਦੀ ਰਹਾਂ ਅਤੇ ਮੈਂ ਆਪਣੇ ਆਪ ਨੂੰ ਦੇਖਦੀ ਰਹਾਂ ਆਈ ਐਮ ਵੈਰੀ ਹੈਪੀ ਆਈ ਹੈਵ ਨੋ ਵਰਡਸ ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ ਐਵੇਂ ਲੱਗਦਾ ਹੈ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ ਹੈ ਵੀ ਪੇਰੈਂਟਸ ਨੂੰ ਪੇਬੈਕ ਕੀਤਾ ਹੈ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ ਪਾਵਨਾ ਸਾਹਿਬ ਕੀ ਹਾਲ ਚਾਲ ਵਧੀਆ ਜੀ ਆਈ ਫਿਲਮ 'ਚ ਕਨਫਿਊਜ਼ ਹੋ ਰਹੀ ਸੱਚੀ ਬਹੁਤ ਸੋਹਣੀ ਲੱਗ ਰਹੀ ਜਿਹੜਾ ਸਾਡੇ ਸੂਟ ਕਿਹਨੇ ਡਿਜ਼ਾਈਨ ਕੀਤੇ ਪਹਿਲਾ ਸਵਾਲ ਤਾਂ ਮੈਨੂੰ ਇਹ ਨਵਦੀਪ ਸਾਡੇ ਕੋਸਟਿਊਮ ਡਿਜ਼ਾਈਨਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਅਬਲੇਜ ਸਟੂਡੀਓ ਉਹਨਾਂ ਵੱਲੋਂ ਪੂਰਨ ਮਾਸ਼ੀ ਸੌਂਗ ਦੇ ਵਿੱਚ ਬਹੁਤ ਪਿਆਰੇ ਪਿਆਰੇ ਸੂਟਸ ਹੈ ਅਤੇ ਕੋਟ ਪੈਂਟ ਵਾਲੀ ਲੁੱਕ ਵੀ ਉਹ ਵੀ ਬੜੀ ਖਤਰਨਾਕ ਕੱਢੀ ਹੈ ਨਾ ਯੈਸ ਯੈਸ ਕਨਫਿਊਜ਼ ਹੋ ਗਏ ਸੀ ਵੀ ਕਿਹੜੀ ਲੁੱਕ ਨੂੰ ਰੇਟ ਕਰੀਏ ਵੀ ਉਹ ਵਾਲੀ ਅੱਛੀ ਆ ਉਹ ਵਾਲੀ ਅੱਛੀ ਆ ਇੱਕ ਗੱਲ ਮੈਂ ਹੋਰ ਨੋਟ ਕੀਤੀ ਆ ਤੁਹਾਡੀਆਂ ਸਹੇਲੀਆਂ ਵੀ ਬਹੁਤ ਸੋਹਣੀਆਂ ਨੇ ਥੈਂਕ ਯੂ ਕਿੱਥੋਂ ਲੈ ਕੇ ਆਉਂਦੇ ਇੱਦਾਂ ਦਾ ਸਰਕਲ ਇਹ ਕਿੱਥੋਂ ਮਿਲਦੀਆਂ ਅਤੇ ਦੇਖ ਕਿਹੜੇ ਕਿਹੜੀ ਜਗ੍ਹਾ 'ਤੇ ਪਾਏ ਜਾਂਦੇ ਇਹ ਲੋਕ ਇਹੋ ਜਿਹੇ ਲੋਕ ਇਹ ਬਿਊਟੀ ਤੁਹਾਨੂੰ ਲੁਧਿਆਣੇ 'ਚ ਪਾਈ ਜਾਂਦੀ ਹੈ ਮੇਰੇ ਸਾਰੇ ਫੈਨਸ ਲੁਧਿਆਣੇ ਦੀ ਹੈ ਅਤੇ ਫਿਰ ਐਵੇਂ ਥੋੜ੍ਹਾ ਨਾਲ ਲੁਧਿਆਣਾ ਮੰਨਿਆ ਜਾਂਦਾ ਹੈ ਹਰ ਕਿਤੇ ਹੈ ਨਾ ਖੁੱਲ੍ਹ ਕੇ ਨਹੀਂ ਬੋਲ ਸਕਦੇ ਸਾਨੂੰ ਪਤਾ ਲੱਗੇ ਤੁਹਾਡੇ ਡੈਡੀ ਸਾਹਮਣੇ ਖੜੇ ਆ ਹਾਂਜੀ ਅਤੇ ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ ਵਿੱਚ ਪਹਿਲੀ ਫਿਲਮ ਕੀਤੀ ਯਕੀਨ ਨਹੀਂ ਹੋ ਰਿਹਾ ਇੱਕ ਡ੍ਰੀਮ ਲੱਗ ਰਿਹਾ ਡ੍ਰੀਮ ਕਮ ਥਰੂ ਮੂਮੈਂਟ ਹੈ ਲੱਗ ਰਿਹਾ ਵੀ ਇਹੀ ਚੱਲਦਾ ਰਹੇ ਸਕਰੀਨ 'ਤੇ ਮੈਂ ਆਉਂਦੀ ਰਹਾਂ ਅਤੇ ਮੈਂ ਆਪਣੇ ਆਪ ਨੂੰ ਦੇਖਦੀ ਰਹਾਂ ਆਈ ਐਮ ਵੈਰੀ ਹੈਪੀ ਆਈ ਹੈਵ ਨੋ ਵਰਡਸ ਜਦੋਂ ਸਕਰੀਨ 'ਤੇ ਤੁਸੀਂ ਆਉਂਦੇ ਨਹੀਂ ਸੀ ਦਿਲ 'ਚ ਆਉਂਦਾ ਨਹੀਂ ਸੀਗਾ ਹਾਈ ਸੁਪਰ ਸਟਾਰ ਸੁਪਰ ਸਟਾਰ ਨਹੀਂ ਪਰ ਫੀਲ ਤਾਂ ਇੱਕ ਆਉਂਦਾ ਹੀ ਹੈ ਨਾ ਮਤਲਬ ਜਦੋਂ ਆਪਣੇ ਆਪ ਨੂੰ ਵੱਡੀ ਸਕਰੀਨ 'ਤੇ ਦੇਖਦਾ ਮੈਨੂੰ ਐਵੇਂ ਸੀਗਾ ਵੀ ਮੇਰੀ ਜੋ ਮੈਂ ਚਾਹੁੰਦੀ ਸੀ ਮੇਰੀ ਮਿਹਨਤ ਕੋਵਿਡ ਆ ਗਿਆ ਵਿੱਚ ਕਾਫੀ ਕੁਝ ਸਲੋ ਹੋ ਗਿਆ ਮੈਂ ਕਦੋਂ ਤੋਂ ਆਪਣੇ ਆਪ ਨੂੰ ਬਿਗ ਸਕਰੀਨ 'ਤੇ ਦੇਖਣਾ ਚਾਹੁੰਦੀ ਸੀ ਉਹ ਫਾਈਨਲੀ ਅੱਜ ਆ ਕੇ ਪੂਰਾ ਹੋਇਆ ਅਤੇ ਮੈਨੂੰ ਸੀਗਾ ਬਸ ਇੱਥੇ ਸਟੋਪ ਹੋ ਜਾਏ ਅਤੇ ਮੈਂ ਬਸ ਆਪਣੇ ਆਪ ਨੂੰ ਦੇਖਦੀ ਰਹਾਂ ਜਦੋਂ ਤੁਸੀਂ ਦੇਖਦੇ ਸੀ ਤੁਹਾਡਾ ਸੀਨ ਸੀ ਜਾਂ ਡਾਇਲੋਗ ਸੀ ਰਿਐਕਸ਼ਨ ਨੋਟ ਕੀਤੇ ਵਾਲੇ ਦੁਆਲੇ ਕਿ ਸੋਚੀ ਦੇਖਦੇ ਨਹੀਂ ਮੈਂ ਦੇਖ ਰਹੀ ਸੀ ਮੈਂ ਰਿਐਕਸ਼ਨ ਸੱਚੀ ਨਹੀਂ ਇੱਧਰ ਉੱਧਰ ਨੋਟ ਕੀਤਾ ਮੈਂ ਮਹਿਕ ਦਾ ਕਰੈਕਟਰ ਪੂਰਾ ਇੰਜੋਏ ਕਰ ਰਹੀ ਸੀ ਉਸ ਵਕਤ ਅਤੇ ਮੈਂ ਬਹੁਤ ਖੁਸ਼ ਸੀਗੀ ਅਤੇ ਲੋਕ ਬਹੁਤ ਤਾਲੀਆਂ ਵੀ ਹੈ ਨਾ ਐਪਰੀਸ਼ੀਏਟ ਕਰ ਰਹੇ ਸੀਗੇ ਜਿਵੇਂ ਕਈ ਸੀਨਸ ਬਹੁਤ ਇੰਪੋਰਟੈਂਟ ਹੈ ਬਹੁਤ ਮੈਸੇਜ ਡਿਪਿਕਟ ਹੋ ਰਿਹਾ ਹੈ ਅਤੇ ਵਧੀਆ ਰਿਵਿਊ ਹੈ ਸਭ ਦਾ ਬਾਕੀ ਮੀਡੀਆ ਵਿਲ ਕ੍ਰੀਏਟ ਅਵੇਅਰਨੈਸ ਤਾਂ ਕਿ ਇੱਦਾਂ ਦੇ ਕਨਸੈਪਟਸ ਹੋਰ ਅੱਗੇ ਆਉਣ ਤਾਂ ਕਿ ਲੋਕ ਪਿਆਰ ਦੇਣ ਤਾਂ ਕਿ ਇੱਦਾਂ ਦੇ ਕਨਸੈਪਟਸ ਪੰਜਾਬੀ ਇੰਡਸਟਰੀ ਵੀ ਹੋਰ ਗਰੋ ਕਰੇ ਘਰਦਿਆਂ ਨਾਲ ਬੈਠ ਕੇ ਆਪਣੀ ਫਿਲਮ ਦੇਖਣੀ ਕਿੰਨੀ ਔਖੀ ਹੁੰਦੀ ਹੈ ਔਖੀ ਤਾਂ ਨਹੀਂ ਹੁੰਦੀ ਬਿਕੋਜ਼ ਦੇਖੋ ਫਸਟ ਮੂਵੀ ਹੈ ਡੈਬਿਊ ਹੈ ਤੁਸੀਂ ਆਲਵੇਜ਼ ਲਰਨ ਕਰਦੇ ਹੋ ਤੁਸੀਂ ਗਰੋ ਕਰਦੇ ਹੋ ਫਸਟ ਮੂਵੀ ਦੇ ਵਿੱਚ ਸੈਕਿੰਡ ਤਾਂ ਹੋਰ ਵਧੀਆ ਹੁੰਦਾ ਥਰਡ 'ਚ ਹੋਰ ਵਧੀਆ ਹੁੰਦਾ ਅਤੇ ਔਖੀ ਨਹੀਂ ਹੁੰਦੀ ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ ਐਵੇਂ ਲੱਗਦਾ ਹੈ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ ਹੈ ਵੀ ਪੇਰੈਂਟਸ ਨੂੰ ਪੇਬੈਕ ਕੀਤਾ ਹੈ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਤਾਂ ਸਤਿ ਸ਼੍ਰੀ ਅਕਾਲ ਵੀ ਨਾ ਬੁਲਾ ਹੋਵੇ ਜੇ ਘਰ ਦੇ ਕੋਲ ਬੈਠੇ ਹੋਣ ਕੈਮਰੇ 'ਤੇ ਅਤੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੋਂ ਅਤੇ ਬੈਸਟ ਆਫ ਲੱਕ ਅਤੇ ਹੋਰ ਫਿਲਮਾਂ ਕਰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ ਇਨ ਸਿਨੇਮਾਜ਼ ਨੀਅਰ ਯੂ ਫਟਾਫਟ ਜਾਓ ਹੁਮ ਹੁਮ ਆ ਕੇ ਪਹੁੰਚੋ ਅਤੇ ਬਹੁਤ ਜ਼ਿਆਦਾ ਪਿਆਰ ਦਿਓ ਥੈਂਕ ਯੂ ਸੋ ਮਚ